How Prophit? हालेलुया 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 सर्वशक्तिमान प्यारे प्रभु यीशु मसीह मैं ਤੁਹਾਡਾ ਧੰਨਵਾਦ ਕਰਦਾ ਪ੍ਰਭੂ ਤੁਹਾਡਾ ਸ਼ੁਕਰ ਕਰਦਾ ਤੁਹਾਡੀ ਮਹਿਮਾ ਕਰਦਾ ਲਾਰਡ ਜੀਸਸ ਪ੍ਰਭੂ ਬਾਈਬਲ ਦੇ ਵਿੱਚੋਂ ਪ੍ਰਭੂ ਮੈਂ ਪੜ੍ਹ ਕੇ ਗਿਆਨ ਜ਼ਰੂਰ ਇਕੱਠਾ ਕਰ ਸਕਦਾ ਪਰ ਪ੍ਰਭੂ ਜਿੰਨੀ ਦੇਰ ਤੱਕ ਪ੍ਰਭੂ ਤੁਹਾਡਾ ਪਵਿੱਤਰ ਆਤਮਾ ਹੀ ਪ੍ਰਭੂ ਇਹਨਾਂ ਹੋਂਟਾਂ ਨੂੰ ਨਾ ਖੋਲੇ ਪ੍ਰਭੂ ਤੁਹਾਡੀ ਮਹਿਮਾ ਲਈ ਪ੍ਰਭੂ ਇਹ ਹੋਂਟ ਇਸਤੇਮਾਲ ਨਹੀਂ ਹੋ ਸਕਦੇ ਲਾਰਡ ਜੀਸਸ ਮੈਂ ਤੁਹਾਡਾ ਧੰਨਵਾਦ ਕਰਦਾ ਪ੍ਰਭੂ ਤੁਹਾਡਾ ਸ਼ੁਕਰ ਕਰਦਾ ਲਾਰਡ ਜੀਸਸ ਸੱਚ ਆ ਪ੍ਰਭੂ ਤੁਹਾਡੇ ਆਤਮਾ ਤੋਂ ਬਿਨਾਂ ਪ੍ਰਭੂ ਅਸੀਂ ਪ੍ਰਭੂ ਕੁਝ ਵੀ ਨਹੀਂ ਆ ਓ ਲਾਰਡ ਜੀਸਸ ਪ੍ਰਭੂ ਤੁਹਾਡਾ ਜ਼ਿੰਦਾ ਲਹੂ ਸਾਡੇ ਨਾਲ ਆ ਲਾਰਡ ਜੀਸਸ ਪ੍ਰਭੂ ਤੁਹਾਡੀ ਸਮਰਥ ਹੀ ਪ੍ਰਭੂ ਸਾਡਾ ਬਲ ਸਾਡਾ ਸ਼ਕਤੀ ਹੈ ਲਾਰਡ ਜੀਸਸ ਪਿਆਰੇ ਪ੍ਰਭੂ ਯਿਸੂ ਮਸੀਹ ਤੁਹਾਡਾ ਵਚਨ ਕਹਿੰਦਾ ਕਿ ਜਿੱਥੇ ਦੋ ਜਾਂ ਤਿੰਨ ਮੇਰੇ ਨਾਮ ਦੇ ਵਿੱਚ ਮੌਜੂਦ ਹਨ ਮੈਂ ਉਹਨਾਂ ਦੇ ਵਿੱਚ ਮੌਜੂਦ ਹੁੰਦਾ ਲਾਰਡ ਜੀਸਸ ਤੁਹਾਡਾ ਵਚਨ ਕਦੀ ਨਹੀਂ ਟਲ ਸਕਦਾ ਜ਼ਮੀਨ ਤੇ ਅਸਮਾਨ ਟਲ ਜਾਏਗਾ ਪਰ ਤੁਹਾਡਾ ਵਚਨ ਕਦੀ ਨਾ ਟਲੇਗਾ ਤੁਸੀਂ ਆਖਿਆ ਕਿ ਨਾ ਡਰ ਨਾ ਘਬਰਾ ਜਗਤ ਦੇ ਅੰਤ ਤੱਕ ਮੈਂ ਤੁਹਾਡੇ ਨਾਲ ਰਵਾਂਗਾ ਲਾਰਡ ਜੀਸਸ ਪ੍ਰਭੂ ਮੈਂ ਪ੍ਰਭੂ ਆਪਣੇ ਆਪ ਨੂੰ ਆਪਣੇ ਭਾਈ ਭੈਣਾਂ ਨੂੰ ਪ੍ਰਭੂ ਜੀ ਸੰਪੂਰਨ ਰੀਤੀ ਦੇ ਵਿੱਚ ਪ੍ਰਭੂ ਤੁਹਾਡੇ ਸਾਮਰਥੀ ਪਵਿੱਤਰ ਹੱਥਾਂ ਦੇ ਵਿੱਚ ਸੌਂਪ ਦਿੰਦਾ ਲਾਰਡ ਜੀਸਸ ਪ੍ਰਭੂ ਜੀ ਪ੍ਰਭੂ ਇਹ ਹੋਂਟ ਜਦ ਖੁੱਲ੍ਹਣ ਤਾਂ ਪ੍ਰਭੂ ਤੁਹਾਡੇ ਹੀ ਨਾਮ ਦੀ ਮਹਿਮਾ ਦੇ ਲਈ ਖੁੱਲ੍ਹਣ ਪ੍ਰਭੂ ਹੋਣ ਦਿਓ ਪ੍ਰਭੂ ਜੋ ਵਚਨ ਪ੍ਰਭੂ ਮੈਂ ਆਪਣੇ ਭਾਈ ਭੈਣਾਂ ਦੇ ਰੂਬਰੂ ਪ੍ਰਭੂ ਲੈ ਕੇ ਆਵਾਂ ਪ੍ਰਭੂ ਉਸ ਵਚਨ ਦੇ ਦੁਆਰਾ ਪ੍ਰਭੂ ਸਾਡੇ ਸਪਨਾ ਦਾ ਭਲਾ ਹੋ ਸਕੇ ਪ੍ਰਭੂ ਤਮਾਮ ਅੰਧਕੋਰ ਦੀਆਂ ਸ਼ਕਤੀਆਂ ਨੂੰ ਯੇਸ਼ੂ ਮਸੀਹ ਦੇ ਨਾਂ ਦੇ ਵਿੱਚ ਝਿੜਕਦੇ ਹਾਂ ਅਤੇ ਪ੍ਰਭੂ ਤੁਹਾਡਾ ਲਹੂ ਪ੍ਰਭੂ ਇਸ ਸੰਗਤੀ ਦੇ ਪ੍ਰਭੂ ਇਸ ਭਵਨ ਦੇ ਆਲੇ ਦੁਆਲੇ ਲਗਾ ਦਿੰਦਾ ਹੈ ਪ੍ਰਭੂ ਤੁਹਾਡਾ ਪਵਿੱਤਰ ਲਹੂ ਸਾਡਾ ਮਾਰਗ ਦਰਸ਼ਨ ਕਰੇ ਸਾਡੇ 'ਤੇ ਦਇਆ ਸਾਡੇ 'ਤੇ ਕਿਰਪਾ ਕਰੇ ਪ੍ਰਭੂ ਤੁਸੀਂ ਦੁਆ ਨੂੰ ਸੁਣਿਆ ਕਬੂਲ ਕੀਤਾ ਮਸੀਹ ਯਿਸੂ ਦੇ ਪਵਿੱਤਰ ਅਤੇ ਸਾਮਰਥੀ ਨਾਮ 'ਚ ਮੰਗਦਾ ਆਮੇਨ ਹਾਲੇਲੂਇਆ 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 ਆਓ ਇੱਕ ਬਾਈਬਲ ਦੇ ਵਿੱਚ ਲਿਖਣ ਪੜਾਂਗੇ ਸੀ ਆਪਣੇ ਪੈਰਾਂ ਤੇ ਖੜੇ ਹੋ ਜਾਵਾਂਗੇ ਪ੍ਰਕਾਸ਼ਿਤ ਵਾਕਿਆ ਪ੍ਰਕਾਸ਼ਿਤ ਵਾਕਿਆ 10 ਉਹਦੀ 10 ਤੇ 11 ਆਇਤਾਂ ਪੜਾਂਗੇ प्रकाशित वाक्य 10 मैंने उस पुस्तक को स्वर्गदूत के हाथ से लेकर खा लिया वह मेरे मुंह में मधु जैसी मीठी लगी पर जब मैंने उसे खा चुका तो मेरा पेट कड़वा हो गया इसके पश्चात मुझसे कहा गया कि तुझे बहुत से लोगों जातियों भाषाओं और राजाओं के समक्ष फिर नबूवत करनी पड़ेगी आमेन ਪ੍ਰਭੂ ਤੁਹਾਡੇ ਨਬੀ ਨੇ ਕਿਹਾ ਆ ਕਿ ਅਸੀਂ ਜ਼ਰੂਰ ਕਿ ਇਹਨਾਂ ਬਾਈਬਲ ਦੇ ਪਰਤਾਂ ਨੂੰ ਅਸੀਂ ਪਲਟ ਸਕਦੇ ਹਾਂ ਇਹਦੇ ਪੇਜ ਪਲਟ ਸਕਦੇ ਹਾਂ ਇਹਨਾਂ ਲਿਖਤਾਂ ਨੂੰ ਪੜ੍ਹ ਸਕਦੇ ਹਾਂ ਪਰ ਇਹਦਾ ਮੁਕਾਸ਼ਵਾ ਤੇਰੇ ਵੱਲੋਂ ਅਟਿਆ ਕੀਤਾ ਔਰ ਇਸਦੀ ਸਮਝ ਤੇਰੇ ਵੱਲੋਂ ਅਟਿਆ ਕੀਤਾ ਇਸ ਕਰਕੇ ਪ੍ਰਭੂ ਮੈਂ ਉਸ ਮੁਕਾਸ਼ਵੇ ਨੂੰ ਪ੍ਰਭੂ ਜਿਸਦੇ ਦੁਆਰਾ ਪ੍ਰਭੂ ਯਿਸੂ ਮਸੀਹ ਦੁਲਹਨ ਰਚੀ ਜਾਂਦੀ ਹੈ ਪਿਆਰੇ ਪਿਤਾ ਮੈਂ ਪ੍ਰਭੂ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਤੁਸੀਂ ਉਸ ਮੁਕਾਸ਼ਵੇ ਨੂੰ ਮੇਰੇ ਭਾਈ ਦੇ ਉੱਤੇ ਖੋਲੋ ਤਾਂ ਕਿ ਇਹ ਬੱਚਾ ਪ੍ਰਭੂ ਇਹ ਬਹੁਤ ਹੀ ਜਾਤੀਆਂ ਭਾਸ਼ਾਵਾਂ ਔਰ ਪ੍ਰਭੂ
ਲੋਕਾਂ ਦੇ ਵਿੱਚ ਨਬੂਵਤ ਕਰ ਸਕੇ। ਕਿਰਪਾ ਕਰਨਾ ਪਿਆ ਯਿਸੂ ਸੇ ਜ਼ਿੰਦਗੀ ਆਮੇਨ ਆਮੇਨ ਹਾਲੇਲੂਇਆ ਖੁਦਾਵੰਦ ਦਾ ਧੰਨਵਾਦ ਕਰਦੇ ਹਾਂ। ਤੇ ਸਾਡੇ ਨਬੀ ਨੇ ਕਿਹਾ ਕਿ ਜਦ ਵਚਨ ਖੁੱਲਦਾ ਹੈ ਤੇ ਪ੍ਰਕਾਸ਼ ਹੁੰਦਾ। ਹਾਲੇਲੂਇਆ ਪ੍ਰਭੂ ਦਾ ਧੰਨਵਾਦ ਕਰਦੇ ਹਾਂ, ਪ੍ਰਭੂ ਦਾ ਸ਼ੁਕਰ ਕਰਦੇ ਹਾਂ ਕਿ ਪ੍ਰਭੂ ਨੇ ਹੋਣ ਦਿੱਤਾ ਕਿ ਅੱਜ ਇਸ ਸੰਡੇ ਦੇ ਦਿਨ ਅੱਜ ਦੂਸਰੀ ਵਾਰ ਇੱਕ ਦਿਨ ਦੇ ਵਿੱਚ ਇਹ ਦੂਜੀ ਸੰਗਤੀ ਲੱਗ ਰਹੀ ਹੈ। ਸਭ ਤੋਂ ਪਹਿਲਾਂ ਅਸੀਂ ਆਪਣੇ ਹਿਰਦੇ ਕਲੈਪਿੰਗ ਕਰਕੇ ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਨੇ ਹੋਣ ਦਿੱਤਾ ਕਿ ਸ਼ਾਮ ਦੀ ਕੁਰਬਾਨੀ ਜਿਹੜੀ ਸੀਗੀ ਅੱਜ ਇਸ ਚਰਚ ਦੇ ਵਿੱਚ ਸ਼ੁਰੂ ਹੋਈ ਹੈ ਤੇ ਖੁਦਾ ਸਾਡੀ ਇਸ ਭੇਂਟ ਨੂੰ ਗ੍ਰਹਿਣ ਕਰੇ। ਹਾਲੇਲੂਇਆ 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 ਅਸਾ ਆਪਾਂ ਇਹ ਲਿਖਤ ਨੂੰ ਪੜ੍ਹਿਆ ਕਿ ਅੰਤ ਮੇਂ ਵਹਿ ਛੋਟੀ ਪੁਸਤਕ ਉਸ ਸਵਰਗ ਦੂਤ ਕੇ ਹਾਥ ਸੇ ਲੇਕਰ ਖਾ ਗਿਆ, ਵਹਿ ਮੇਰੇ ਮੂੰਹ ਮੇਂ ਮਧੂ ਸੀ ਮਿੱਠੀ ਤੋ ਲਗੀ, ਪਰ ਜਬ ਮੈਂ ਉਸੇ ਖਾ ਗਿਆ ਤੋ ਮੇਰਾ ਪੇਟ ਕੜਵਾ ਹੋ ਗਿਆ। ਹਾਲੇਲੂਇਆ ਹਾਲੇਲੂਇਆ ਤਬ ਮੁਝ ਸੇ ਜੇ ਕਹਾ ਗਿਆ ਤੁਝੇ ਬਹੁਤ ਸੇ ਲੋਗੋ ਔਰ ਜਾਤੀਓ ਔਰ ਭਾਸ਼ਾਓਂ ਔਰ ਰਾਜਾਓਂ ਕੇ ਵਿਸ਼ੇ ਮੇਂ ਫਿਰ ਭਵਿਸ਼ਵਾਣੀ ਕਰਨੀ ਹੋਗੀ। ਹਾਲੇਲੂਇਆ 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 ਪ੍ਰਭੂ ਦਾ ਧੰਨਵਾਦ ਕਰਦੇ ਹਾਂ, ਪ੍ਰਭੂ ਦੀ ਮਹਿਮਾ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਇੱਥੇ ਇੱਕ ਆਇਤ ਪ੍ਰਭੂ ਮੈਨੂੰ ਹੁਣੇ ਦੇ ਰਿਹਾ, ਉਸ ਆਇਤ ਨੂੰ ਮੈਂ ਬੋਲਣਾ ਚਾਹਾਂਗਾ ਕਿ ਯੋਹੰਨਾ ਦੇ ਵਿੱਚ ਪ੍ਰਭੂ ਨੇ ਇੱਕ ਵਚਨ ਬੋਲਿਆ ਕਿ ਸੱਤਿਯ ਕੋ ਜਾਨ ਔਰ ਸੱਤਿਯ ਤੁਮੇ ਆਜ਼ਾਦ ਕਰੇਗਾ। ਆਮੇਨ ਹਾਲੇਲੂਇਆ 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 ਇਹ ਜੋ ਆਇਤ ਹੈ ਇਹ ਦੋ ਭਾਗਾਂ ਦੇ ਵਿੱਚ ਡਿਵਾਈਡਡ ਹੈ। ਸੱਤਿਯ ਕੋ ਜਾਨ, ਸੱਤਿਯ ਕੋ ਜਾਨ ਕਿ ਸੱਤਿਯ ਵਚਨ ਕੋ ਜਾਨ। ਹਾਲੇਲੂਇਆ ਹਾਲੇਲੂਇਆ ਵਚਨ ਤਾਂ ਜੋ ਲਿਖਤਾ ਅਸੀਂ ਪੜ੍ਹਦੇ ਹਾਂ ਸੋ ਲਿਖਤਾ ਤਾਂ ਹੈਗੀਆਂ ਹੈ, ਪਰ ਇਹ ਲਿਖਤ ਦੇ ਪਿੱਛੇ ਜੋ ਸੱਚਾਈ ਹੈ ਅਸਲ ਦੇ ਵਿੱਚ ਉਸ ਸੱਚਾਈ ਨੂੰ ਜਾਣਨਾ ਆ ਕਿ ਉਹ ਸੱਚਾਈ ਵਚਨ ਦੀ ਹੈ ਕੀ। ਆਮੇਨ ਹਾਲੇਲੂਇਆ ਹਾਲੇਲੂਇਆ ਸੱਤਿਯ ਕੋ ਜਾਨ ਮੀਨਸ ਕਿ ਸੱਤਿਯ ਵਚਨ ਕੋ ਜਾਨ ਔਰ ਸੱਤਿਯ ਤੁਮੇ ਆਜ਼ਾਦ ਕਰੇਗਾ। ਹਾਲੇਲੂਇਆ ਹਾਲੇਲੂਇਆ ਪਰ ਅਸੀਂ ਇੱਥੇ ਇੱਕ ਚੀਜ਼ ਕਵਾਂਗੇ ਕਿ ਜੇਕਰ ਅਸੀਂ ਇਸ ਲਿਖਤ ਦੇ ਅਨੁਸਾਰ ਚੱਲੀਏ ਕਿ ਸੱਤਿਯ ਨੂੰ ਜਾਣ ਲੈਣਾ ਹੀ ਕਾਫੀ ਆ? ਨਹੀਂ, ਸੱਤਿਯ ਨੂੰ ਜਾਣ ਕੇ ਜੇਕਰ ਅਸੀਂ ਸੱਚਾਈ ਦੇ ਉੱਤੇ ਨਹੀਂ ਚੱਲਦੇ ਆ ਤੇ ਉਹ ਸੱਤਿਯ ਕਿਸੇ ਕੰਮ ਦਾ ਨਹੀਂ। ਹਾਲੇਲੂਇਆ ਹਾਲੇਲੂਇਆ ਸੱਚੇ ਵਚਨ ਨੂੰ ਜਾਣਨਾ ਜ਼ਰੂਰੀ ਹੈ, ਪਰ ਉਸ ਤੋਂ ਬਾਅਦ ਆਜ਼ਾਦ ਕਿੱਦਾਂ ਹੋਣਾ, ਸੁਤੰਤਰਤਾ ਕਿੱਦਾਂ ਹਾਣੀ ਹੈ? ਵਚਨ ਦੇ ਉੱਤੇ ਚੱਲ ਕੇ, ਵਚਨ ਨੂੰ ਮੰਨ ਕੇ, ਵਚਨ ਨੂੰ ਪੂਰਾ ਕਰਕੇ। ਹਾਲੇਲੂਇਆ ਹਾਲੇਲੂਇਆ ਇਸ ਆਇਤ ਦੇ ਨਾਲ ਪ੍ਰਭੂ ਮੈਨੂੰ ਹੁਣ ਇੱਕ ਹੋਰ ਆਇਤ ਦੇ ਰਿਹਾ ਕਿ ਇਬਰਾਹਿਮ ਧਰਮੀਆਂ ਦਾ ਪਿਤਾ ਠਹਿਰਿਆ। ਕਿ ਇਬਰਾਹਿਮ ਵਿਸ਼ਵਾਸ ਦੇ ਦੁਆਰਾ ਹੀ ਧਰਮੀਆਂ ਦਾ ਪਿਤਾ ਠਹਿਰਿਆ? ਨਹੀਂ, ਇੱਥੇ ਆਪਾਂ ਇਹ ਪੜ੍ਹਦੇ ਹਾਂ ਪੱਤਰੀਆਂ ਦੇ ਵਿੱਚ ਲਿਖਿਆ ਕਿ ਇਬਰਾਹਿਮ ਆਪਣੇ ਧਰਮ ਦੇ ਕੰਮਾਂ ਦੇ ਦੁਆਰਾ, ਕਰਮਾਂ ਦੇ ਦੁਆਰਾ ਧਰਮੀ ਠਹਿਰਿਆ। ਵਿਸ਼ਵਾਸ ਪਲੱਸ ਕਰਮ ਮਿਲ ਕੇ ਹੀ ਇੱਕ ਧਰਮੀ ਪੁਨੇ ਨੂੰ ਪੂਰਿਆ ਕਰਦੀ ਹੈ। ਹਾਲੇਲੂਇਆ ਹਾਲੇਲੂਇਆ ਕੱਲਾ ਵਿਸ਼ਵਾਸ ਹੀ ਕਾਫੀ ਨਹੀਂ ਆ, ਸਾਨੂੰ ਵਚਨ ਤੇ ਚੱਲਣ ਲਈ ਉਹਨੂੰ ਪ੍ਰੈਕਟੀਕਲੀ ਕਰਨਾ ਪਏਗਾ, ਸਾਨੂੰ ਡਿਸੀਜਨ ਲੈਣੇ ਪੈਣਗੇ, ਤਦ ਹੀ ਅਸੀਂ ਵਚਨ ਦੇ ਉੱਤੇ ਪ੍ਰੈਕਟੀਕਲੀ ਚੱਲ ਕੇ ਉਸ ਉਦਾਰ ਨੂੰ ਪ੍ਰਾਪਤ ਕਰ ਪਾਵਾਂਗੇ। ਹਾਲੇਲੂਇਆ ਤੇ ਨਿਚੋੜ ਇਹ ਨਿਕਲਦਾ ਹੈ ਕਿ ਸੱਚਾਈ ਨੂੰ ਜਾਣ ਲੈਣਾ ਹੀ ਕਾਫੀ ਨਹੀਂ ਆ, ਸੱਚਾਈ ਦੇ ਮਾਰਗ ਤੇ ਚੱਲਣ ਲਈ ਉਸ ਵਚਨ ਨੂੰ ਪ੍ਰੈਕਟੀਕਲੀ ਪੂਰਿਆ ਵੀ ਕਰਨਾ ਪਏਗਾ, ਫਿਰ ਹੀ ਸਾਡਾ ਉਧਾਰ ਹੋ ਪਾਏਗਾ, ਫਿਰ ਹੀ ਅਸੀਂ ਸੁਤੰਤਰ ਹੋ ਪਾਵਾਂਗੇ। ਸਹੀ ਮਾਇਨੇ ਦੇ ਵਿੱਚ ਸੱਚ ਨੂੰ ਜਾਣ ਲੈਣਾ ਕਾਫੀ ਨਹੀਂ ਆ, ਸੱਚਾਈ ਦੇ ਉੱਤੇ ਚੱਲ ਕੇ ਹੀ ਉਧਾਰ ਜਾਂ ਆਪਾਂ ਸੁਤੰਤਰਤਾ ਕਹਿ ਸਕਦੇ ਹਾਂ ਜਾਂ ਫਿਰ ਅਨੰਤ ਜੀਵਨ ਦੀ ਪ੍ਰਾਪਤੀ ਆ। ਹਾਲੇਲੂਇਆ
ਹਾਲੇਲੂਯਾ ਹਾਲੇਲੂਯਾ ਇੱਥੇ ਲਿਖਿਆ ਆ ਕਿ ਅੰਤ ਤਾਂ ਮੈਂ ਵਹਿ ਛੋਟੀ ਪੁਸਤਕ ਉਸ ਸਵਰਗ ਦੂਤ ਕੇ ਹੱਥ ਸੇ ਲੇਕਰ ਖਾ ਗਿਆ ਖੁੱਲੀ ਕਿਤਾਬ ਮਤਲਬ ਕਿ ਸੱਚਾਈ ਦਾ ਵਚਨ ਇੱਕ ਪ੍ਰੋਵਰਬ ਵੀ ਹੈਗੀ ਆ ਕਿ ਸੱਚ ਕੌੜਾ ਹੁੰਦਾ ਹੈ ਟਰੁੱਥ ਟੇਸਟ ਬਿਟਰ ਹਾਲੇਲੂਯਾ ਉਸੇ ਚੀਜ਼ ਨੂੰ ਇਹ ਬਿਆਨ ਕਰਦਾ ਵਹਿ ਮੇਰੇ ਮੂੰਹ ਮੇ ਮਧੂ ਸੀ ਮਿੱਠੀ ਤੋਂ ਲੱਗੀ ਹਾਲੇਲੂਯਾ ਜਦੋਂ ਸੱਚਾਈ ਦਾ ਵਚਨ ਸਾਡੇ ਕੋਲ ਆਂਦਾ ਆ ਤੇ ਵਚਨ ਸਾਨੂੰ ਬਹੁਤ ਮਿੱਠਾ ਲੱਗਦਾ ਹੈ ਹਾਲੇਲੂਯਾ ਅਸੀਂ ਜਦੋਂ ਵਚਨ ਨੂੰ ਸੁਣਦੇ ਆ ਐਟ ਪ੍ਰੈਜ਼ੈਂਟ ਜਦੋਂ ਅਸੀਂ ਬੰਦਗੀ ਦੇ ਵਿੱਚ ਹੁੰਦੇ ਆ ਤੇ ਜੈ ਜੈਕਾਰ ਹਾਲੇਲੂਯਾ ਦੇ ਨਾਰੇ ਅਸੀਂ ਲਾਉਂਦੇ ਆ ਕਿ ਵਚਨ ਸੱਚਾਈ ਸਾਡੇ ਸਾਹਮਣੇ ਖੁੱਲ ਗਈ ਹਾਲੇਲੂਯਾ ਪਰ ਜਦ ਮੈਂ ਉਸੇ ਖਾ ਗਿਆ ਤਾਂ ਮੇਰਾ ਪੇਟ ਕੜਵਾ ਹੋ ਗਿਆ ਹਾਲੇਲੂਯਾ ਕਿਉਂਕਿ ਸੱਚ ਕੌੜਾ ਹੁੰਦਾ ਹੈ ਤੇ ਸੱਚਾਈ ਦਾ ਵਚਨ ਜਦੋਂ ਅੰਦਰ ਜਾਂਦਾ ਆ ਉਹ ਡਿਸੀਜਨ ਮੰਗਦਾ ਹੈ ਹਾਲੇਲੂਯਾ ਤੇ ਅਸੀਂ ਅਕਸਰ ਦੇਖਦੇ ਹਾਂ ਕਿ ਚਰਚਾ ਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਸੰਗਤੀ ਲੱਗਦੀ ਆ ਸੱਚਾਈ ਦਾ ਵਚਨ ਸਾਡੇ ਸਾਹਮਣੇ ਆਉਂਦਾ ਆ ਤੇ ਵਚਨ ਜਦੋਂ ਅੰਦਰ ਜਾਂਦਾ ਆ ਉਸ ਟਾਈਮ ਤਾਂ ਸਾਨੂੰ ਮਿੱਠਾ ਲੱਗਦਾ ਹੈ ਪਰ ਜਦੋਂ ਡਿਸੀਜਨ ਲੈਣੇ ਹੁੰਦੇ ਆ ਘਰ ਜਾ ਕੇ ਸਾਨੂੰ ਫੈਸਲੇ ਲੈਣ ਦੀ ਘੜੀ ਆਉਂਦੀ ਆ ਉਦੋਂ ਔਖਾ ਲੱਗਣ ਲੱਗ ਪੈਂਦਾ ਹੈ ਕਿਉਂਕਿ ਵਚਨ ਕੌੜਾ ਆ ਸੱਚ ਕੌੜਾ ਆ ਸੱਚ ਤੇ ਚੱਲਣਾ ਔਖਾ ਆ ਹਾਲੇਲੂਯਾ ਪਰ ਇਸ ਨੂੰ ਜੇ ਕੋਈ ਪਚਾ ਸਕਦਾ ਆ ਉਸ ਦੁਲਹਨ ਤੋਂ ਬਿਨਾ ਇਸ ਸੱਚਾਈ ਦੇ ਖਰੇ ਵਚਨ ਨੂੰ ਹੋਰ ਕੋਈ ਪਚਾ ਹੀ ਨਹੀਂ ਸਕਦਾ ਕਿਉਂਕਿ ਇਸ ਨੂੰ ਪਚਾਣ ਲਈ ਇੱਕ ਸਾਮਰਥ ਦੇ ਨਾਲ ਭਰਿਆ ਹੋਇਆ ਮੇਦਾ ਵੀ ਚਾਹੀਦਾ ਹਾਲੇਲੂਯਾ ਤੇ ਉਸ ਨੂੰ ਪਛਾਣ ਦੀ ਸ਼ਮਤਾ ਦੁਲਹਨ ਦੇ ਕੋਲ ਹੀ ਹੈ ਆਮੇਨ ਹਾਲੇਲੂਯਾ ਖੁਦਾਵੰਦ ਦਾ ਧੰਨਵਾਦ ਕਰਦੇ ਆ ਖੁਦਾਵੰਦ ਦਾ ਬਹੁਤ ਸ਼ੁਕਰ ਕਰਦੇ ਆ ਕਿ ਸੱਚ ਆ ਕਿ ਉਹਨੇ ਆਪਣੇ ਸੱਚੀ ਦੁਲਹਨ ਨੂੰ ਉਹ ਮੇਦਾ ਦਿੱਤਾ ਕਿ ਇਹ ਸੱਚੇ ਵਚਨ ਨੂੰ ਉਹ ਪਚਾ ਸਕੇ ਹਾਲੇਲੂਯਾ ਖੁਦਾਵੰਦ ਦਾ ਧੰਨਵਾਦ ਕਰਦੇ ਆ ਤੇ ਉਹ ਤੋਂ ਅੱਗੇ ਵਾਲੀ ਆਇਤ ਪੜਾਂਗੇ ਆਪਾਂ ਤਬ ਮੁਝਸੇ ਯੇ ਕਹਾ ਗਿਆ ਹਾਲੇਲੂਯਾ ਤੁਝੇ ਬਹੁਤ ਸੇ ਲੋਗੋ ਔਰ ਜਾਤੀਓ ਔਰ ਭਾਸ਼ਾਓਂ ਔਰ ਰਾਜਾਓਂ ਕੇ ਵਿਸ਼ੇ ਮੇ ਫਿਰ ਭਵਿਸ਼ਵਾਣੀ ਕਰਨੀ ਹੋਗੀ ਹਾਲੇਲੂਯਾ 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 ਆਪਾਂ ਇੱਥੇ ਚੀਜ਼ ਨੂੰ ਦੇਖਾਂਗੇ ਕਿ ਦੇਖੋ ਕਿ ਹਰ ਸਦੀ ਦੇ ਵਿੱਚ ਖੁਦਾ ਨੇ ਧਰਤੀ ਦੇ ਉੱਤੇ ਆਪਣਾ ਇੱਕ ਨਬੀ ਕੱਲਿਆ ਹਾਲੇਲੂਯਾ ਹਾਲੇਲੂਯਾ ਤੇ ਉਹ ਜਿਹੜਾ ਨਬੀ ਸੀ ਉਹ ਨਬੀ ਦੇਹ ਦੇ ਰੂਪ ਦੇ ਵਿੱਚ ਸੀਗਾ ਹਾਲੇਲੂਯਾ ਤੇ ਇੱਕ ਏਦਾਂ ਦਾ ਸਮਾਂ ਵੀ ਆਇਆ ਕਿ ਜਿਸ ਸਮੇਂ ਇੱਕੋ ਸਮੇਂ ਤੇ ਧਰਤੀ ਦੇ ਉੱਤੇ ਦੋ ਨਬੀ ਸੀਗੇ ਹਾਲੇਲੂਯਾ ਉਹ ਸਮਾਂ ਸੀ ਪ੍ਰਭੂ ਯੇਸ਼ੂ ਮਸੀਹ ਦੇ ਇਹ ਦੇਹ ਧਾਰਨ ਦੇ ਸਮੇਂ ਦੇ ਉੱਤੇ ਜਦੋਂ ਯੋਹੰਨਾ ਬਪਤਿਸਮਾ ਦੇਣ ਵਾਲਾ ਔਰ ਪ੍ਰਭੂ ਯੇਸ਼ੂ ਮਸੀਹ ਇੱਕੋ ਸਮੇਂ ਤੇ ਧਰਤੀ ਦੇ ਉੱਤੇ ਦੋ ਨਬੀ ਇਕੱਠੇ ਸੀ ਆਮੇਨ ਹਾਲੇਲੂਯਾ ਹਾਲੇਲੂਯਾ ਪਰ ਜਦੋਂ ਦੋ ਨਬੀ ਇਕੱਠੇ ਹੋ ਗਏ ਤੇ ਪਹਿਲੇ ਵਾਲੇ ਨਬੀ ਨੇ ਇਹ ਜਾਣ ਲਿਆ ਕਿ ਹੁਣ ਜਿਹੜਾ ਸਮਾਂ ਆ ਹੁਣ ਦੂਸਰੇ ਨਬੀ ਦਾ ਸਮਾਂ ਆ ਗਿਆ ਪ੍ਰਭੂ ਯੇਸ਼ੂ ਮਸੀਹ ਦਾ ਹਾਲੇਲੂਯਾ ਹਾਲੇਲੂਯਾ ਉਸਨੇ ਉਸ ਨਬੀ ਨੂੰ ਨਬੀ ਨੂੰ ਦੇਖ ਕੇ ਪਹਿਚਾਣ ਲੈਂਦਾ ਉਸਨੇ ਯੇਸ਼ੂ ਮਸੀਹ ਨੂੰ ਦੇਖ ਕੇ ਪਹਿਚਾਣ ਲਿਆ ਉਸਨੇ ਕਿਹਾ ਕਿ ਸਾਰੇ ਜਗਤ ਕਾ ਬੋਝ ਉਠਾ ਲੈ ਜਾਤਾ ਹੈ ਉਹ ਖੁਦਾਵੰਦ ਕਾ ਮੇਮਨਾ ਹੈ ਹਾਲੇਲੂਯਾ ਹਾਲੇਲੂਯਾ ਤੇ ਉਸਦੇ ਜੋ ਚੇਲੇ ਸਨ ਉਹ ਵੀ ਉਹਨਾਂ ਨੂੰ ਵੀ ਯੋਹੰਨਾ ਬਪਤਿਸਮਾ ਦੇਣ ਵਾਲੇ ਨੇ ਪ੍ਰਭੂ ਯੇਸ਼ੂ ਮਸੀਹ ਦੇ ਕੋਲ ਘੱਲ ਦਿੱਤਾ ਹਾਲੇਲੂਯਾ ਖੁਦਾਵੰਦ ਦਾ ਧੰਨਵਾਦ ਕਰਦੇ ਹਾਂ ਕਿ 28 ਫਰਵਰੀ 1963 ਦੇ ਵਿੱਚ ਹਾਲੇਲੂਯਾ ਖੁਦਾਵੰਦ ਨੇ ਆਪਣੇ ਮਹਾਬਲੀ ਦੂਤ ਨੂੰ ਇਸ ਧਰਤੀ ਤੇ ਘੱਲ ਕੇ ਹਾਲੇਲੂਯਾ ਜੋ ਵਚਨ ਦਾ ਅਕਾਲ ਪਿਆ ਹੋਇਆ ਸੀ ਉਸ ਨੂੰ ਬਹਾਲ ਕੀਤਾ ਹਾਲੇਲੂਯਾ ਖੁਦਾਵੰਦ ਦਾ ਧੰਨਵਾਦ ਕਰਦੇ ਹਾਂ ਖੁਦਾਵੰਦ ਦਾ ਸ਼ੁਕਰ ਕਰਦੇ ਹਾਂ ਉਹਦੀ ਮਹਿਮਾ ਕਰਦੇ ਹਾਂ ਉਹਦੀ ਜੈ ਜੈਕਾਰ ਕਰਦੇ ਹਾਂ ਕਿ ਉਸਨੇ ਆਪਣੀ ਅਪਾਰ
ਦਇਆ ਅਤੇ ਕਿਰਪਾ ਦੇ ਵਸੀਲੇ ਇਸ ਵਚਨ ਦੇ ਅਕਾਲ ਨੂੰ ਇਸ ਧਰਤੀ ਤੋਂ ਦੂਰ ਕੀਤਾ। ਹਾਲੇਲੂਯਾ ਹਾਲੇਲੂਯਾ। ਖੁਦਾਵੰਦ ਦਾ ਧੰਨਵਾਦ ਕਰਦੇ ਹਾਂ ਕਿ ਉਸ ਮਹਾਬਲੀ ਦੂਤ ਦੀ ਸੇਵਕਾਈ ਦੇ ਵਿੱਚ ਅਸੀਂ ਸਭਨਾਂ ਨੇ ਭਰਪੂਰੀ ਦੇ ਵਿੱਚ ਮੰਨੇ ਨੂੰ ਖਾਧਾ ਆ ਤੇ ਹੁਣ ਵੀ ਖਾ ਰਹੇ ਹਾਂ। ਆਮੇਨ। ਹਾਲੇਲੂਯਾ 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 ਹਾਲੇਲੂਯਾ। ਅਸੀਂ ਉਤਪਤੀ ਦੇ ਵਿੱਚ ਦੇਖਦੇ ਹਾਂ ਕਿ ਮੂਸਾ ਦੀ ਸੇਵਕਾਈ ਬਹੁਤ ਹੀ ਲੰਬੀ ਸੇਵਕਾਈ ਸੀ। ਹਾਲੇਲੂਯਾ। 40 ਵਰਿਆਂ ਦੀ ਸੇਵਕਾਈ ਮੂਸਾ ਨੇ ਕੀਤੀ। ਹਾਲੇਲੂਯਾ। 80 ਸਾਲ ਤੋਂ ਲੈ ਕੇ 120 ਸਾਲਾਂ ਤੱਕ 40 ਸਾਲ ਦੀ ਸੇਵਕਾਈ ਮੂਸਾ ਨੇ ਕੀਤੀ। ਹਾਲੇਲੂਯਾ। ਤੇ ਮੂਸਾ ਨੂੰ ਅਸੀਂ ਇੱਕ ਮੇਜਰ ਨਬੀ ਕਹਿ ਸਕਦੇ ਹਾਂ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਤੇ ਉਸੇ ਸ਼ੇਪ ਦੇ ਵਿੱਚ ਜੇ ਅਸੀਂ ਦੇਖੀਏ ਕਿ ਜਿਹੜੀ ਯਹੋਸ਼ੂ ਦੀ ਸੇਵਕਾਈ ਸੀ ਉਹ ਬੜੀ ਛੋਟੀ ਸੇਵਕਾਈ ਸੀ। ਹਾਲੇਲੂਯਾ। ਪਰ ਮੇਜਰ ਨਬੀ ਕੌਣ ਸੀ? ਮੂਸਾ। ਹਾਲੇਲੂਯਾ। ਉਸੇ ਤਸਵੀਰ ਨੂੰ ਜੇ ਅਸੀਂ ਅੱਜ ਦੇ ਰੂਪ ਦੇ ਵਿੱਚ ਦੇਖੀਏ ਕਿ ਖੁਦਾਵਨ ਯਸ਼ੂ ਨਾਸਰੀ ਨੇ ਆਪਣੀ ਦੁਲਹਨ ਨੂੰ ਬਚਾਉਣ ਲਈ ਮਹਾਬਲੀ ਦੂਤ ਦੇ ਰੂਪ ਦੇ ਵਿੱਚ ਇਸ ਧਰਤੀ ਤੇ ਮੂਸਾ ਦੇ ਰੂਪ ਦੇ ਵਿੱਚ ਆਪਣੇ ਮਹਾਬਲੀ ਦੂਤ ਨੂੰ ਭੇਜਿਆ, ਜਿਹਨੇ ਕਿ ਆਪਣੀ ਕਾਫੀ ਸਮੇਂ ਵੱਡੀ ਸੇਵਕਾਈ ਕੀਤੀ। ਹਾਲੇਲੂਯਾ। ਖੁਦਾਵਨ ਦਾ ਧੰਨਵਾਦ ਕਰਦੇ ਹਾਂ, ਖੁਦਾਵਨ ਦਾ ਸ਼ੁਕਰ ਕਰਦੇ ਹਾਂ ਕਿ ਅੱਜ ਦੀ ਡੇਟ ਦੇ ਵਿੱਚ ਨਬੀ ਦੇਹ ਦੇ ਰੂਪ ਦੇ ਵਿੱਚ ਇਸ ਧਰਤੀ ਤੇ ਨਹੀਂ ਆ। ਹਾਲੇਲੂਯਾ। ਪਰ ਖੁਦਾਵੰਦ ਯੁੱਗੋ ਯੁੱਗ ਇੱਕੋ ਜਿਹਾ ਖੁਦਾ ਹੈ, ਉਹ ਨਾ ਬਦਲਣ ਵਾਲਾ ਖੁਦਾ ਹੈ। ਯੈਸ। ਉਹ ਹੈ, ਉਹੀ ਸੀ ਤੇ ਉਹੀ ਆਉਣ ਵਾਲਾ ਹੈ। ਆਮੇਨ। ਹਾਲੇਲੂਯਾ ਹਾਲੇਲੂਯਾ। ਖੁਦਾਵੰਦ ਦਾ ਧੰਨਵਾਦ ਕਰਦੇ ਹਾਂ, ਉਹਦਾ ਸ਼ੁਕਰ ਕਰਦੇ ਹਾਂ ਕਿ ਅੱਜ ਅਸੀਂ ਜਾਣਨ ਦੀ ਕੋਸ਼ਿਸ਼ ਕਰੀਏ ਖੁਦਾਵੰਦ ਦੇ ਵਚਨ ਦੇ ਦੁਆਰਾ ਕਿ ਅੱਜ ਉਹ ਦੇਹ ਦੇ ਰੂਪ ਦੇ ਵਿੱਚ ਇਸ ਧਰਤੀ ਤੇ ਨਬੀ ਹੈ ਕੌਣ। ਹਾਲੇਲੂਯਾ 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 ਹਾਲੇਲੂਯਾ। ਕਿਉਂਕਿ ਭਾਈ ਬ੍ਰਾਨਮ ਨੇ ਮੂਸਾ ਦੀ ਤਸਵੀਰ ਦੇ ਵਿੱਚ ਇੱਕ ਵੱਡੀ ਸੇਵਕਾਈ ਕੀਤੀ। ਹਾਲੇਲੂਯਾ ਹਾਲੇਲੂਯਾ। ਤੇ ਪਰ ਯਹੋਸ਼ੂ ਦੇ ਰੂਪ ਦੇ ਵਿੱਚ ਵੀ ਕੋਈ ਏਦਾਂ ਦਾ ਹੋਣਾ ਚਾਹੀਦਾ ਹੈ ਨਬੀ ਜੋ ਅੱਜ ਦੀ ਡੇਟ ਦੇ ਵਿੱਚ ਦੇਹ ਧਾਰ ਕੇ ਹੋਵੇ। ਹਾਲੇਲੂਯਾ ਹਾਲੇਲੂਯਾ। ਖੁਦਾਵੰਦ ਦਾ ਧੰਨਵਾਦ ਕਰਦੇ ਹਾਂ, ਉਹਦਾ ਸ਼ੁਕਰ ਕਰਦੇ ਹਾਂ। ਦੇਖੋ ਇੱਥੇ ਸਾਫ਼ ਹੀ ਬੜੇ ਪਿਆਰੇ ਅੰਦਾਜ਼ ਦੇ ਵਿੱਚ ਕਿਹਾ ਗਿਆ ਕਿ ਤਬ ਮੁਝਸੇ ਇਹ ਕਿਹਾ ਗਿਆ ਤੁਝੇ ਬਹੁਤ ਸੇ ਲੋਗੋ ਔਰ ਜਾਤੀਓ ਔਰ ਭਾਸ਼ਾਓ ਔਰ ਰਾਜਾਓ ਕੇ ਵਿਸ਼ੇ ਮੇਂ ਫਿਰ ਭਵਿਸ਼ਵਾਣੀ ਕਰਨੀ ਹੋਗੀ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਖੁਦਾਵੰਦ ਦਾ ਧੰਨਵਾਦ ਕਰਦੇ ਹਾਂ, ਸ਼ੁਕਰ ਕਰਦੇ ਹਾਂ। ਤੇ ਹੁਣ ਅਸੀਂ ਇਹ ਚੀਜ਼ ਬੇਖਟਕੇ ਕਹਿ ਸਕਦੇ ਹਾਂ ਕਿ ਉਸ ਮਹਾਬਲੀ ਦੂਤ ਦੇ ਜਾਣ ਤੋਂ ਬਾਅਦ ਹਾਲੇਲੂਯਾ ਹਾਲੇਲੂਯਾ ਤੇ ਅੱਜ ਸੱਚੀ ਦੁਲਹਨ ਦੇ ਰੂਪ ਦੇ ਵਿੱਚ ਹਾਲੇਲੂਯਾ ਜਿਸ ਨੂੰ ਅਸੀਂ ਯਹੋਸ਼ੂ ਦੀ ਤਸਵੀਰ ਕਹਿ ਸਕਦੇ ਹਾਂ, ਅੱਜ ਦੇਹ ਧਾਰ ਕੇ ਉਹ ਨਬੀ ਇਸ ਧਰਤੀ ਤੇ ਮੌਜੂਦ ਹੈ। ਹਾਲੇਲੂਯਾ ਹਾਲੇਲੂਯਾ ਹਾਲੇਲੂਯਾ। ਯਹੋਵਾ ਇੰਜ ਫਰਮਾਉਂਦਾ ਹੈ, ਜਿਹਦੇ ਕੰਨ ਹੋਣ ਉਹ ਸੁਣ ਲਵੇ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਕਹਿੰਦਾ ਹੈ। ਹਾਲੇਲੂਯਾ ਹਾਲੇਲੂਯਾ। ਖੁਦਾਵੰਦ ਦਾ ਧੰਨਵਾਦ ਕਰਦੇ ਹਾਂ, ਆਮੇਨ। ਖੁਦਾਵੰਦ ਨੇ ਸਾਨੂੰ ਉਹ ਕੰਨ ਦਿੱਤੇ ਆ, ਉਹ ਅੱਖਾਂ ਦਿੱਤੀਆਂ ਆ ਜਿਹਦੇ ਵਸੀਲੇ ਅੱਜ ਅਸੀਂ ਉਸ ਚੀਜ਼ ਨੂੰ ਸੁਣ ਸਕਦੇ ਆ, ਸਮਝ ਸਕਦੇ ਆ। ਉਹਨੇ ਸਾਨੂੰ ਬੁੱਧੀ ਦਿੱਤੀ, ਉਹਨੇ ਸਾਨੂੰ ਸਮਝ ਦਿੱਤੀ ਆ ਕਿ ਅੱਜ ਅਸੀਂ ਉਸ ਨਬੀ ਨੂੰ ਪਹਿਚਾਣ ਸਕੀਏ ਕਿ ਉਹ ਨਬੀ ਸੱਚੀ ਦੁਲਹਨ ਦੇ ਰੂਪ ਚ ਇਸ ਧਰਤੀ ਤੇ ਦੇਹ ਧਾਰ ਕੇ ਚੱਲ ਫਿਰ ਰਹੀ ਹੈ। ਹਾਲੇਲੂਯਾ। ਇਹ ਜਗਤ ਉਸ ਨਬੀ ਨੂੰ ਨਹੀਂ ਜਾਣਦਾ, ਪਰ ਖੁਦਾ ਦੇ ਬੱਚੇ ਇਸ ਚੀਜ਼ ਨੂੰ ਜਾਣਦੇ ਆ ਕਿ ਦੇਹ ਧਾਰ ਕੇ ਉਹ ਯਹੋਸ਼ੂ ਦੇ ਰੂਪ ਚ ਉਹ ਬ੍ਰਾਈਡ ਦੇ ਰੂਪ ਦੇ ਵਿੱਚ ਅੱਜ ਜੀਵਤ ਦੁਲਹਨ ਦੇਹ ਧਾਰ ਕੇ ਇਸ ਧਰਤੀ ਤੇ ਚੱਲ ਫਿਰ ਰਹੀ ਹੈ। ਹਾਲੇਲੂਯਾ ਹਾਲੇਲੂਯਾ। ਆਓ ਆਪਾਂ ਇੱਕ ਹਵਾਲਾ ਹੋਰ ਪੜਾਂਗੇ, ਇਹ ਯੋਹੰਨਾ 5 ਕੱਢਾਂਗੇ। ਹਾਲੇਲੂਯਾ। ਖੁਦਾਵੰਦ ਦਾ ਧੰਨਵਾਦ ਕਰਦੇ ਹਾਂ, ਉਹਦਾ ਸ਼ੁਕਰ ਕਰਦੇ ਹਾਂ। ਯੋਹੰਨਾ 5 ਉਹਦਾ 1 ਤੋਂ ਪੜਾਂਗਾ।
ਹਾਲੇਲੂਯਾ ਹਾਲੇਲੂਯਾ ਕਰ ਲੈ ਭਾਈ ਜੀ ਹਾਂਜੀ ਹਾਲੇਲੂਯਾ ਹਾਲੇਲੂਯਾ ਇਨ ਦਿਨੋਂ ਕੇ ਪਸ਼ਚਾਤ ਯਹੂਦੀਓ ਕਾ ਇੱਕ ਪਰਬ ਹੁਆ ਔਰ ਯੇਸ਼ੂ ਯਰੂਸ਼ਲੇਮ ਕੋ ਗਿਆ ਯਰੂਸ਼ਲੇਮ ਮੇ ਭੇੜ ਫਾਟਕ ਕੇ ਪਾਸ ਇੱਕ ਕੁੰਡ ਹੈ ਜੋ ਇਬਰਾਨੀ ਭਾਸ਼ਾ ਮੇ ਬੈਤ ਸਦਾ ਕਹਿਲਾਤਾ ਹੈ ਹਾਲੇਲੂਯਾ ਉਸਕੇ ਪਾਂਚ ਉਸਾਰੇ ਹੈ ਇਨਮੇ ਬਹੁਤ ਸੇ ਬਿਮਾਰ ਅੰਧੇ ਲੰਗੜੇ ਔਰ ਸੂਖੇ ਅੰਗ ਵਾਲੇ ਪਾਣੀ ਕੇ ਹਿਲਨੇ ਕੀ ਆਸ਼ਾ ਮੇ ਪੜੇ ਰਹਤੇ ਹੈ ਹਾਲੇਲੂਯਾ ਕਿਉਂਕਿ ਨਿਯੁਕਤ ਸਮੇ ਪਰ ਖੁਦਾ ਕੇ ਸਵਰਗ ਦੂਤ ਕੁੰਡ ਮੇ ਉਤਰ ਕਰ ਪਾਣੀ ਕੋ ਹਿਲਾਇਆ ਕਰਤੇ ਥੇ ਪਾਣੀ ਹਿਲਤੇ ਹੀ ਜੋ ਕੋਈ ਪਹਿਲੇ ਉਤਰਤਾ ਵਹ ਚੰਗਾ ਹੋ ਜਾਤਾ ਥਾ ਹਾਲੇਲੂਯਾ ਚਾਹੇ ਉਸਕੀ ਕੋਈ ਬਿਮਾਰੀ ਕਿਉਂ ਨਾ ਹੋ ਹਾਲੇਲੂਯਾ ਖੁਦਾਵੰਦ ਦਾ ਧੰਨਵਾਦ ਕਰਦੇ ਹਾਂ ਪਹਿਲਾਂ ਤਾਂ ਇਸ ਪੈਰੇ ਦੇ ਵਿੱਚ ਅਸੀਂ ਜਾਣਨ ਦੀ ਕੋਸ਼ਿਸ਼ ਕਰੀਏ ਕਿ ਜੋ ਸਵਰਗ ਦੂਤ ਆ ਕੇ ਪਾਣੀ ਨੂੰ ਹਿਲਾਉਂਦੇ ਸੀਗੇ ਤੇ ਜਿਹੜੇ ਬਿਮਾਰ ਸੀਗੇ ਉਹ ਚੰਗੇ ਹੋ ਜਾਂਦੇ ਸੀ ਹਾਲੇਲੂਯਾ ਹਾਲੇਲੂਯਾ ਅੱਜ ਅਸੀਂ ਜੇ ਆਪਣੇ ਸ਼ਹਿਰ ਦੇ ਵਿੱਚ ਆਲੇ ਦੁਆਲੇ ਝਾਤੀ ਮਾਰ ਕੇ ਦੇਖੀਏ ਕਿ ਸੰਡੇ ਦੇ ਦਿਨ ਹਾਲੇਲੂਯਾ ਇੱਥੇ ਲਿਖਿਆ ਕਿ ਸਵਰਗ ਦੂਤ ਆਉਂਦੇ ਸੀਗੇ ਤੇ ਪਾਣੀ ਨੂੰ ਹਿਲਾਉਂਦੇ ਸੀਗੇ ਤੇ ਜਿਨ੍ਹਾਂ ਨੂੰ ਬਿਮਾਰੀਆਂ ਸੀਗੀਆਂ ਤਰ੍ਹਾਂ ਤਰ੍ਹਾਂ ਦੀਆਂ ਉਹਨਾਂ ਦੀ ਬਿਮਾਰੀਆਂ ਤੋਂ ਉਹ ਚੰਗੇ ਹੋ ਜਾਂਦੇ ਸੀ ਉਹਨਾਂ ਨੂੰ ਸ਼ਿਫਾ ਮਿਲ ਜਾਂਦੀ ਸੀ ਹਾਲੇਲੂਯਾ ਅੱਜ ਅਸੀਂ ਦੇਖਦੇ ਹਾਂ ਕਿ ਬਹੁਤ ਵੱਡੀਆਂ ਵੱਡੀਆਂ ਚਰਚਾਂ ਜਿਹੜੀਆਂ ਸ਼ਹਿਰ ਦੇ ਵਿੱਚ ਹਨ ਉੱਥੇ ਵੀ ਸੰਡੇ ਦੀ ਇਬਾਦਤ ਲੱਗਦੀ ਆ ਤੇ ਉੱਥੇ ਵੀ ਪਵਿੱਤਰ ਆਤਮਾ ਆ ਕੇ ਉਹਨਾਂ ਨੂੰ ਸਰੀਰਕ ਚੰਗਾਈ ਦਾ ਦਾਨ ਦਿੰਦੀ ਹੈ ਹਾਲੇਲੂਯਾ ਖੁਦਾਵੰਦ ਦਾ ਧੰਨਵਾਦ ਕਰਦੇ ਹਾਂ ਪਰ ਇੱਥੇ ਆਪਾਂ ਅਗਲੀ ਆਇਤ ਦੇ ਵਿੱਚ ਦੇਖਾਂਗੇ ਵਹਾਂ ਇੱਕ ਮਨੁਸ਼ਯ ਥਾ ਜੋ 38 ਵਰਸ਼ ਸੇ ਬਿਮਾਰੀ ਮੇ ਪੜਾ ਥਾ ਹਾਲੇਲੂਯਾ ਯੇਸ਼ੂ ਨੇ ਉਸੇ ਪੜਾ ਹੁਆ ਦੇਖ ਕਰ ਔਰ ਇਹ ਜਾਣ ਕਰ ਕਿ ਵਹ ਬਹੁਤ ਦਿਨੋਂ ਸੇ ਇਸ ਦਸ਼ਾ ਮੇ ਪੜਾ ਹੈ ਉਸਸੇ ਪੁੱਛਾ ਹਾਲੇਲੂਯਾ ਕਿਆ ਤੂੰ ਚੰਗਾ ਹੋਣਾ ਚਾਹਤਾ ਹੈ ਹਾਲੇਲੂਯਾ ਆਮੇਨ ਹਾਲੇਲੂਯਾ ਪਰ ਉਸ ਮਨੁੱਖ ਦੇ ਮਾਇੰਡ ਦੇ ਵਿੱਚ ਇਹ ਗੱਲ ਫਿੱਟ ਹੋ ਚੁੱਕੀ ਸੀਗੀ ਕਿ ਸਵਰਗ ਦੂਤ ਆਉਂਦੇ ਆ ਪਾਣੀ ਹਿਲਾਉਂਦੇ ਆ ਤੇ ਜਿਹੜੇ ਬਿਮਾਰ ਸੀ ਉਹ ਚੰਗੇ ਹੋ ਜਾਂਦੇ ਆ ਹਾਲੇਲੂਯਾ ਤੇ ਉਹਦੇ ਮਨ ਦੇ ਵਿੱਚ ਇਹ ਸੀ ਕਿ ਕੋਈ ਸਵਰਗ ਦੂਤ ਆਣਗੇ ਜੇ ਮੈਂ ਪਾਣੀ 'ਚ ਜਾਵਾਂਗਾ ਤੇ ਮੈਂ ਤਦ ਹੀ ਚੰਗਾ ਹੋ ਪਾਵਾਂਗਾ ਹਾਲੇਲੂਯਾ ਉਹਨੇ ਆਪਣੇ ਆਪ ਨੂੰ ਉਹਨੇ ਆਪਣੀ ਸੋਚ ਨੂੰ ਬੰਦ ਕਰ ਲਿਆ ਹੋਇਆ ਸੀ ਇੱਕ ਬਲੋਕ ਕਰ ਲਿਆ ਹੋਇਆ ਸੀ ਉਹ ਤੋਂ ਪਰੇ ਉਹ ਸੋਚ ਹੀ ਨਹੀਂ ਰਿਹਾ ਸੀ ਹਾਲੇਲੂਯਾ ਪਰ ਖੁਦਾਵੰਦ ਦਾ ਧੰਨਵਾਦ ਕਰਦੇ ਹਾਂ ਕਿ ਜਦ ਉਹ ਆਉਂਦਾ ਹੈ ਹਾਲੇਲੂਯਾ ਤੇ ਸਾਡੀਆਂ ਸੋਚਾਂ ਨੂੰ ਉਹ ਵੱਡਿਆ ਕਰ ਦਿੰਦਾ ਆ ਉਹ ਏਦਾਂ ਦੇ ਅਚੰਬੇ ਦੇ ਕੰਮ ਕਰਦਾ ਆ ਏਦਾਂ ਦੀਆਂ ਅਨਹੋਣੀਆਂ ਕਰਦਾ ਆ ਜਿਹਨੂੰ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਹਾਲੇਲੂਯਾ ਹਾਲੇਲੂਯਾ ਖੁਦਾਵੰਦ ਦਾ ਧੰਨਵਾਦ ਕਰਦੇ ਹਾਂ ਤੇ ਆਪਾਂ ਪੜਾਂਗੇ ਯੇਸ਼ੂ ਨੇ ਉਸੇ ਪੜਾ ਹੁਆ ਦੇਖ ਕਰ ਔਰ ਜੇ ਜਾਣ ਕਰ ਕਿ ਵਹ ਬਹੁਤ ਦਿਨੋਂ ਸੇ ਇਸ ਦਸ਼ਾ ਮੇ ਪੜਾ ਹੈ ਉਸਸੇ ਪੁੱਛਾ ਕਿਆ ਤੂੰ ਚੰਗਾ ਹੋਣਾ ਚਾਹਤਾ ਹੈ ਹਾਲੇਲੂਯਾ ਖੁਦਾਵੰਦ ਦਾ ਧੰਨਵਾਦ ਕਰਦੇ ਹਾਂ ਕਿ ਜਦ ਪ੍ਰਭੂ ਯੇਸ਼ੂ ਮਸੀਹ ਨੇ ਉਸ ਬਿਮਾਰ ਤੋਂ ਪੁੱਛਿਆ ਕਿ ਤੂੰ ਚੰਗਾ ਹੋਣਾ ਚਾਹੁੰਦਾ ਹੈ ਤੇ ਉਸ ਬਿਮਾਰ ਨੇ ਉਸਕੋ ਉੱਤਰ ਦਿਆ ਹੇ ਪ੍ਰਭੂ ਮੇਰੇ ਪਾਸ ਕੋਈ ਮਨੁਸ਼ਯ ਨਹੀਂ ਹਾਲੇਲੂਯਾ ਇੱਥੇ ਉਸ ਬਿਮਾਰ 38 ਸਾਲ ਦੇ ਮਨੁੱਖ ਦੀ ਸੋਚ ਨੂੰ ਵਚਨ ਦੇ ਦੁਆਰਾ ਪ੍ਰਭੂ ਜੀ ਪ੍ਰਗਟ ਕਰ ਰਿਹਾ ਕਿ ਜਦ ਪ੍ਰਭੂ ਨੇ ਉਹਨੂੰ ਪੁੱਛਿਆ ਕਿ ਤੂੰ ਚੰਗਾ ਹੋਣਾ ਚਾਹੁੰਦਾ ਤਾਂ ਉਹਨੂੰ ਉਹਦਾ ਆਂਸਰ ਕੀ ਹੋਣਾ ਚਾਹੀਦਾ ਸੀਗਾ ਹਾਂ ਜਾਂ ਨਾ ਦੇ ਵਿੱਚ ਤੇ ਉੱਥੇ ਉਹਦੇ ਸ਼ਬਦ ਕੀ ਹੈ ਧਿਆਨ ਨਾਲ ਸੁਣੋ ਉਸ ਬਿਮਾਰ ਨੇ ਉਸਕੋ ਉੱਤਰ ਦਿਆ ਹੇ ਪ੍ਰਭੂ ਮੇਰੇ ਪਾਸ ਕੋਈ ਮਨੁਸ਼ਯ ਨਹੀਂ ਕਿ ਜਬ ਪਾਣੀ ਹਿਲਾਇਆ ਜਾਏ ਤੋ ਮੁਝੇ ਕੁੰਡ ਮੇ ਉਤਾਰੇ ਪਰੰਤੂ ਮੇਰੇ ਪਹੁੰਚਤੇ ਪਹੁੰਚਤੇ
दूसरा मुझसे पहले उतर जाता है। हालेलुया। यीशु ने उससे कहा, उठ, अपनी खाट उठा और चल फिर। हालेलुया, हालेलुया, हालेलुया। वह मनुष्य तुरंत चंगा हो गया। हालेलुया। और अपनी खाट उठाकर चलने फिरने लगा। हालेलुया। खुदावंद का धन्यवाद करते हैं, खुदावंद का शुक्र करते हैं, ओदी महिमा करते हैं, ओदी जय जयकार करते हैं। हुण आपां इत्थे इस चीज़ नूं जानने की कोशिश करांगे कि उस मनुख दे कोल स्वर्ग दूत तां नहीं आए। हालेलुया। पर स्वर्ग दूता तो भी एक वड्डा दूता दा दूत, महाबली दूत आया सी। हालेलुया। खुदावन दा धन्नवाद करदे आ ते असी इत्थे जानन दी कोशिश करदे आ कि खुदावंद खुदा दा वचन चल के किहदे कोल आंदा है। हालेलुया, हालेलुया, हालेलुया। खुदा दा वचन सब तो पहला ओदे नबिया कोल आंदा वा। हालेलुया। फिर ओदे दासा कोल जांदा है, फिर कलीसिया को पहुंचदा है। हालेलुया, हालेलुया। खुदावन दा धन्नवाद करदे आ ते हुन असी ए चीज बे खटके कह सकदी आ, कह सकदे आ कि ओ 38 साल दा जेड़ा मनुख सी ओ दुल्हन नु प्रगट कर गया। यस, हालेलुया। क्योंकि जो असी प्रकाशित वाक्या दे विच पढ़िया आ कि जेड़ी दुल्हन आ ओ एक प्रोफिट आ, ओ एक भविष्यवक्ता आ। यस, हालेलुया। ते इत्थे असी देख रहे आ कि उस मनुख दे कोल डायरेक्ट यहोवा आप आ रहा। आमीन। हालेलुया। ते डायरेक्ट यहोवा केवल ते केवल अपने नबिया को लांदा। हालेलुया। खुदावंद दा धन्नवाद करदे आ, ओदा शुक्र करदे आ, ओदी महिमा करदे आ, ओदी जय जयकार करदे आ, ओदी वडियाई करदे आ, क्योंकि खुदा ने अपना वचन डायरेक्ट अपनी दुल्हन दे कोल भेज के ओनू नबी होण दी आशीष दित्ती है। हालेलुया। खुदावंद दा धन्नवाद करदे आ। इत्थे मैं एक चीज कहांगा कि मैं यह कहांगा कि महाबली दूत दे रूप दे विच खुदावंद ने भाई ब्रानम दा इस्तेमाल किया। हालेलुया, हालेलुया। असी अपने उस महाबली दूत दी बहुत रिस्पैक्ट करदे आ, आदर करदे आ, सम्मान करदे आ, क्योंकि भाई ब्रानम दे देह दा इस्तेमाल करदे हुए महाबली दूत दे रूप दे विच यहोवा खुद इस धरती ते उतर आया सी। तो उसने अपना एक पैर जमीन ते ते एक पैर पानी दे विच रखिया। हालेलुया। खुदावंद दा धन्नवाद करदे आ कि जद अज दे डेट दे विच ओ महाबली दूत शरीरिक रूप दे विच इस धरती ते नहीं आ ते पर अज इस समय ते कोई ना कोई ता होना चाहिदा देह दे विच जो उस नबी दी भूमिका नू पूरा कर सके। हालेलुया, हालेलुया। ते इत्थे मैं प्रभु दा बहुत धन्नवाद दिना, शुक्र करदा कि उसने अपनी सच्ची दुल्हन नू, हालेलुया, नबी होण दी आशीष दे के ओनू नवाजा आ, क्योंकि इत्थे डायरेक्ट जो होवा यीशु मसीह दे रूप दे विच उस 38 साल दे रोगी दे कोल आ रही है, आ रहा वा। ते असी इस चीज नू बेखट के कह सकते हैं कि ओ 38 साल दा जो मनुख है, हालेलुया, ओ असी हैं। हालेलुया। खुदावंद दा धन्नवाद करदे हैं, खुदावंद दा शुक्र करदे हैं, ओदी महिमा करदे हैं कि खुदावंद ने अपनी लाड़ी नू नबूबत करन दी आशीष दित्ती आ। ते जिस नू आपा प्रकाशित वाक्या 10 दे विच पढ़िया है, उस विच लिखिया, तब मुझसे ये कहा गया, तुझे बहुत से लोगों और जातियों, हालेलुया, तुझे बहुत से लोगों और जातियों और भाषाओं और राजाओं के विषय में फिर भविष्यवाणी करनी पड़ेगी, करनी होगी। हालेलुया, हालेलुया। खुदावंद दा धन्नवाद करदे आं, ओदा शुक्र करदे आं कि अज
ਉਹਨੇ ਆਪਣੀ ਬ੍ਰਾਈਡ ਦੇ ਰੂਪ ਦੇ ਵਿੱਚ ਆਮੇਨ ਆਪਣੀ ਬ੍ਰਾਈਡ ਦੇ ਰੂਪ ਦੇ ਵਿੱਚ ਉਹਦੇ ਅੰਦਰ ਨਬੀ ਹੋਣ ਦੀ ਆਸ਼ੀਸ਼ ਨੂੰ ਬਖਸ਼ਿਆ ਹੈ ਹਾਲੇਲੂਇਆ ਇਹਦੇ ਵਿੱਚ ਇੱਕ ਚੀਜ਼ ਮੈਂ ਹੋਰ ਕਵਾਂਗਾ ਕਿ ਜਦ ਜਦ ਖੁਦਾਵੰਦ ਦਾ ਸੱਚਾ ਨਬੀ ਧਰਤੀ ਤੇ ਆਇਆ ਹਾਲੇਲੂਇਆ ਸ਼ੈਤਾਨ ਨੇ ਵੀ ਆਪਣਾ ਝੂਠਾ ਨਬੀ ਘੱਲਿਆ ਹਾਲੇਲੂਇਆ ਹਾਲੇਲੂਇਆ ਖੁਦਾਵੰਦ ਦਾ ਧੰਨਵਾਦ ਕਰਦੇ ਹਾਂ ਉਹਦਾ ਸ਼ੁਕਰ ਕਰਦੇ ਹਾਂ ਤੇ ਝੂਠੇ ਨਬੀ ਦੇ ਰੂਪ ਦੇ ਵਿੱਚ ਵੀ ਜੋ ਦੇਹ ਦੇ ਰੂਪ ਦੇ ਵਿੱਚ ਹੈ ਤੇ ਅੱਜ ਦੇ ਡੇਟ ਦੇ ਵਿੱਚ ਝੂਠਾ ਨਬੀ ਵੀ ਇਸ ਧਰਤੀ ਤੇ ਹੋਣਾ ਚਾਹੀਦਾ ਦੇਹ ਦੇ ਰੂਪ ਦੇ ਵਿੱਚ ਹਾਲੇਲੂਇਆ ਖੁਦਾਵੰਦ ਦਾ ਧੰਨਵਾਦ ਕਰਦੇ ਹਾਂ ਉਸ ਨੂੰ ਵੀ ਖੁਦਾਵੰਦ ਨੇ ਆਪਣੇ ਵਚਨ ਦੇ ਦੁਆਰਾ ਪ੍ਰਕਾਸ਼ਿਤ ਵਾਕਿਆ ਦੇ ਵਿੱਚ ਪ੍ਰਗਟ ਕੀਤਾ ਆ ਅਸੀਂ ਪ੍ਰਕਾਸ਼ਿਤ ਵਾਕਿਆ 2 ਦੇ ਵਿੱਚ ਪੜ੍ਹ ਸਕਦੇ ਹਾਂ ਕਿ ਇੱਥੇ ਕਿ ਇਸਤਰੀ ਇਜਬਲ ਕੋ ਭਵਿਸ਼ਯ ਵਕਤਨ ਕਿਹਾ ਗਿਆ ਹੈ ਹਾਲੇਲੂਇਆ ਕਿ ਝੂਠਾ ਨਬੀ ਵੀ ਇਸ ਧਰਤੀ ਤੇ ਹੈ ਜੋ ਇਜਬਲ ਦੀ ਸਪਿਰਿਟ ਦੇ ਵਿੱਚ ਇਸ ਧਰਤੀ ਤੇ ਹਾਜ਼ਰ ਹੈ ਦੇਹ ਦੇ ਰੂਪ ਦੇ ਵਿੱਚ ਹਾਲੇਲੂਇਆ ਇਸ ਨੂੰ ਅਸੀਂ ਪੇਸ਼ਦਰ ਉਤਪਤੀ ਤੋਂ ਵੀ ਜੇ ਅਸੀਂ ਦੇਖੀਏ ਤੇ ਸਾਡੇ ਸਾਹਮਣੇ ਬਹੁਤ ਕਰੈਕਟਰ ਹਨ ਜਦ ਮੂਸਾ ਸੀ ਉਹਦੇ ਸਮੇਂ ਤੇ ਵੀ ਇੱਕ ਝੂਠਾ ਨਬੀ ਸੀ ਬਲਾਮ ਦੇ ਰੂਪ ਦੇ ਵਿੱਚ ਵੀ ਇੱਕ ਨਬੀ ਸੀ ਹਾਲੇਲੂਇਆ ਤੇ ਖੁਦਾਵੰਦ ਦਾ ਧੰਨਵਾਦ ਕਰਦੇ ਹਾਂ ਸੋ ਕਹਿਣ ਦਾ ਭਾਵ ਇਹ ਆ ਕਿ ਜਦ ਜਦ ਖੁਦਾਵੰਦ ਦਾ ਸੱਚਾ ਸੇਵਕ ਸੱਚਾ ਨਬੀ ਧਰਤੀ ਤੇ ਹੁੰਦਾ ਹੈ ਤਦ ਤਦ ਉਹਦੇ ਵਿਰੋਧ ਦੇ ਵਿੱਚ ਇੱਕ ਝੂਠਾ ਨਬੀ ਵੀ ਧਰਤੀ ਤੇ ਹੀ ਹੁੰਦਾ ਹੈ ਹਾਲੇਲੂਇਆ ਖੁਦਾਵੰਦ ਦਾ ਬਹੁਤ ਸ਼ੁਕਰ ਕਰਦਾ ਉਹਦੀ ਮਹਿਮਾ ਕਰਦਾ ਕਿ ਸੱਚਾ ਖੁਦਾਵੰਦ ਨੇ ਹੁਣ ਦਿੱਤਾ ਕਿ ਅੱਜ ਅਸੀਂ ਇਹ ਕਹਿ ਸਕਦੇ ਹਾਂ ਕਿ ਬਹੁਤ ਕਿ ਅੱਜ ਅਸੀਂ ਆਪਣੇ ਆਪ ਨੂੰ ਬਹੁਤ ਵੱਡੇ ਰੂਪ ਚ ਤਾਂ ਨਹੀਂ ਅਸੀਂ ਮੇਜਰ ਚ ਤਾਂ ਨਹੀਂ ਪਰ ਮਾਈਨਰ ਰੂਪ ਚ ਤਾਂ ਅਸੀਂ ਇਸ ਚੀਜ਼ ਨੂੰ ਬੇਖਟ ਕੇ ਕਹਿ ਸਕਦੇ ਹਾਂ ਕਿ ਅਸੀਂ ਖੁਦਾਵੰਦ ਦੀ ਸੱਚੀ ਦੁਲਹਨ ਜੋ ਹਾਂ ਕਿ ਇਸ ਦੇਹ ਦੇ ਰੂਪ ਚ ਅਸੀਂ ਨਬੀ ਨੂੰ ਰਿਪ੍ਰੈਜੈਂਟ ਕਰ ਰਹੇ ਹਾਲੇਲੂਇਆ ਖੁਦਾਵੰਦ ਉਹ ਛੋਟੇ ਰੂਪ ਦੇ ਵਿੱਚ ਤਾਂ ਹੈ ਨਹੀਂ ਹੈ ਹਾਲੇਲੂਇਆ ਤੇ ਖੁਦਾਵੰਦ ਦਾ ਮੈਂ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਸੱਚ ਆ ਉਹਨੇ ਇਸ ਛੋਟੇ ਝੁੰਡ ਦੇ ਉੱਤੇ ਆਪਣੀ ਬਹੁਤ ਵੱਡੀ ਦਇਆ ਕੀਤੀ ਆ ਕਿਰਪਾ ਕੀਤੀ ਆ ਆਪਣਾ ਫਜ਼ਲ ਕੀਤਾ ਆ ਕਿ ਖੁਦਾਵੰਦ ਛੋਟੇ ਰੂਪ ਜੇ ਵੀ ਭਾਵੇਂ ਆਵੇ ਡਾਇਰੈਕਟ ਆਪਣਾ ਵਚਨ ਇਸ ਨਬੀ ਦੇ ਕੋਲ ਭੇਜਦਾ ਹੈ ਆਮੇਨ ਹਾਲੇਲੂਇਆ ਖੁਦਾਵੰਦ ਦਾ ਧੰਨਵਾਦ ਕਰਦਾ ਬਹੁਤ ਸ਼ੁਕਰ ਕਰਦਾ ਧੰਨਵਾਦ ਕਰਦੇ ਹੋਏ ਮੈਂ ਪਾਸਟਰ ਜੀ ਨੂੰ ਪੁਲਪਿਟ ਤੇ ਬੁਲਾਵਾਂਗਾ ਆਮੇਨ ਹਾਲੇਲੂਇਆ ਬਹੁਤ ਧੰਨਵਾਦ ਬਹੁਤ ਧੰਨਵਾਦ